ਇਸ ਸਮੇਂ ਚੰਡੀਗੜ੍ਹ ਦੀ ਬੜੈਲ ਜੇਲ੍ਹ ਵਿੱਚ ਬੰਦ ਡੇਰਾ ਸਮਰਥਕ ਪ੍ਰਦੀਪ ਕਲੇਰ ਦੇ 164 ਦੇ ਬਿਆਨਾਂ ਦੀ ਕਾਪੀ ਆਉਣ ਤੋਂ ਬਾਅਦ ਡੇਰਾ ਮੁਖੀ ਤੇ ਹਨੀਪ੍ਰੀਤ ਦੀ ਮੁਸ਼ਕਲਾਂ ਵਿੱਚ ਵਾਧਾ ਹੋ ਸਕਦਾ ਹੈ ਆਪਣੇ ਬਿਆਨਾਂ ਵਿੱਚ ਪ੍ਰਦੀਪ ਕਲੇਰ ਨੇ ਸਾਫ਼ ਕਿਹਾ ਕਿ 2015 ਚ ਜਿਹੜੀ ਬੇਦਬੀ ਹੋਈ ਸੀ ਉਹ ਰਾਮ ਰਹੀਮ ਤੇ ਹਨੀਪ੍ਰੀਤ ਦੇ ਕਹਿਣ ਤੇ ਹੋਈ ਸੀਗੀ ਪੂਰਾ ਜ਼ਿਕਰ ਕੀਤਾ ਨੇ ਆਪਣੇ ਬਿਆਨਾਂ ਵਿੱਚ 2015 ਦਾ ਜ਼ਿਕਰ ਕੀਤਾ ਕਿਵੇਂ ਦਿੱਲੀ ਚ ਮੀਟਿੰਗ ਹੋਈ ਕਿਵੇਂ ਲੋਕਟ ਨੂੰ ਲੈ ਕੇ ਜਦੋਂ ਦੱਸਿਆ ਗਿਆ ਕਿ ਰਾਮ ਰਹੀਮ ਦਾ ਲੋਕਟ ਪੈਰਾਂ ਥਲੇ ਰੋਂਦਾ ਗਿਆ ਤਾਂ ਹਨੀਪ੍ਰੀਤ ਗੁੱਸੇ ਵਿੱਚ ਆਈ ਔਰ ਕਿਹਾ ਤੁਸੀਂ ਕੀ ਕਰ ਰਹੇ ਸੀਗੇ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਉੱਥੇ ਸਿੱਖ ਪ੍ਰਚਾਰਕ ਸੀਗੇ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਜ਼ਿਕਰ ਆਂਦਾ ਹੈ ਤਾਂ ਹਨੀਪ੍ਰੀਤ ਕਹਿੰਦੀ ਹੈ ਕਿ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੋ ਇਹ ਤਮਾਮ ਜਿਹੜੇ ਸ਼ਬਦ ਨੇ ਇਹ ਵਾਕਿਆ ਨੇ 164 ਦੇ ਬਿਆਨ ਪ੍ਰਦੀਪ ਕਲੇਰ ਦੇ ਦਰਜ ਨੇ ਉਹਦੇ ਵਿੱਚ ਸਾਫ਼ ਤੌਰ ਤੇ ਹੁਣ ਰਾਮ ਰਹਿਮ ਤੋਂ ਬਾਅਦ ਹਨੀ ਪ੍ਰੀਤ ਦਾ ਜ਼ਿਕਰ ਆ ਗਿਆ ਹੈ ਹਾਲਾਂਕਿ ਇਹ ਵੀ ਇੱਥੇ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਹਾਈ ਕੋਰਟ ਵਿੱਚ ਰਾਮ ਰਹਿਮ ਵੱਲੋਂ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਜਿਹੜੀ ਪਟੀਸ਼ਨ ਦਾਖਲ ਕੀਤੀ ਗਈ ਸੀ ਉਹਦੇ ਵਿੱਚ ਹਾਈ ਕੋਰਟ ਨੇ ਨਿਚਲੀ ਹਾਲਤ ਦੀ ਪ੍ਰੋਸੀਡਿੰਗ ਤੇ ਸਟੇ ਲਾਇਆ ਹੋਇਆ ਹੈ ਔਰ ਮਾਮਲਾ ਡਬਲ ਬੈਂਚ ਨੂੰ ਰੈਫਰ ਕੀਤਾ ਗਿਆ ਲੇਕਿਨ 164 ਤੇ 92 ਵਿੱਚ ਜਿਸ ਤਰੀਕੇ ਨਾਲ ਪ੍ਰਦੀਪ ਕਲੇਰ ਨੇ ਪੂਰਾ ਵਾਕਿਆ ਦੱਸਿਆ ਕਿ ਉਸ ਮੀਟਿੰਗ ਵਿੱਚ ਦਿੱਲੀ ਵਿੱਚ ਬੇਅਦਬੀ ਨੂੰ ਲੈ ਕੇ ਜਦੋਂ ਹੁਕਮ ਜਾਰੀ ਹੋਏ ਡਿਊਟੀਆਂ ਲਾਈਆਂ ਗਈਆਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਸਵਾਲ ਖੜਾ ਹੁੰਦਾ ਹੈ ਕਿ ਪ੍ਰਦੀਪ ਕਲੇਰ ਜਿਹੜਾ ਡੇਰੇ ਦਾ ਖਾਸ ਆਦਮੀ ਸੀ ਔਰ ਜਦੋਂ ਇਹ ਖੁਦ ਕਹਿ ਰਿਹਾ ਕਿ ਰਾਮ ਰਹੀਮ ਤੋਂ ਇਲਾਵਾ ਹੁਣ ਹਨੀਪ੍ਰੀਤ ਵੀ ਇਸ ਸਾਜੀ ਸ਼ਾਮਿਲ ਸੀਗੀ ਤਾਂ ਕਿਤੇ ਨਾ ਕਿਤੇ ਇਹ ਮਾਮਲਾ ਹੁਣ ਹੋਰ ਭਖ ਦਾ ਨਜ਼ਰ ਆ ਰਿਹਾ ਹੈ ਗੁਰਜਨ ਲਈ ਸੁਖਜਿੰਦਰ ਦੇ ਨਾਲ ਉਮੇਸ਼ਵਰਮਾ ਨਿਊਜ਼ 18 ਚੰਡੀਗੜ੍ਹ ਇਸ ਸਮੇਂ ਚੰਡੀਗੜ੍ਹ ਦੀ ਬੜੈਲ ਜੇਲ੍ਹ ਵਿੱਚ ਬੰਦ ਡੇਰਾ ਸਮਰਥਕ ਪ੍ਰਦੀਪ ਕਲੇਰ ਦੇ 164 ਦੇ ਬਿਆਨਾਂ ਦੀ ਕਾਪੀ ਆਉਣ ਤੋਂ ਬਾਅਦ ਡੇਰਾ ਮੁਖੀ ਤੇ ਹਨੀਪ੍ਰੀਤ ਦੀ ਮੁਸ਼ਕਲਾਂ ਵਿੱਚ ਵਾਧਾ ਹੋ ਸਕਦਾ ਹੈ ਆਪਣੇ ਬਿਆਨਾਂ ਵਿੱਚ ਪ੍ਰਦੀਪ ਕਲੇਰ ਨੇ ਸਾਫ਼ ਕਿਹਾ ਕਿ 2015 ਚ ਜਿਹੜੀ ਬੇਦਬੀ ਹੋਈ ਸੀ ਉਹ ਰਾਮ ਰਹੀਮ ਤੇ ਹਨੀਪ੍ਰੀਤ ਦੇ ਕਹਿਣ ਤੇ ਹੋਈ ਸੀਗੀ ਪੂਰਾ ਜ਼ਿਕਰ ਕੀਤਾ ਨੇ ਆਪਣੇ ਬਿਆਨਾਂ ਵਿੱਚ 2015 ਦਾ ਜ਼ਿਕਰ ਕੀਤਾ ਕਿਵੇਂ ਦਿੱਲੀ ਚ ਮੀਟਿੰਗ ਹੋਈ ਕਿਵੇਂ ਲੋਕਟ ਨੂੰ ਲੈ ਕੇ ਜਦੋਂ ਦੱਸਿਆ ਗਿਆ ਕਿ ਰਾਮ ਰਹੀਮ ਦਾ ਲੋਕਟ ਪੈਰਾਂ ਥਲੇ ਰੋਂਦਾ ਗਿਆ ਤਾਂ ਹਨੀਪ੍ਰੀਤ ਗੁੱਸੇ ਵੀ ਚਾਈ ਔਰ ਕਿਹਾ ਤੁਸੀਂ ਕੀ ਕਰ ਰਹੇ ਸੀਗੇ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਉੱਥੇ ਸਿੱਖ ਪ੍ਰਚਾਰਕ ਸੀਗੇ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਜ਼ਿਕਰ ਆਂਦਾ ਹੈ ਤਾਂ ਹਨੀਪ੍ਰੀਤ ਕਹਿੰਦੀ ਹੈ ਕਿ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੋ ਇਹ ਤਮਾਮ ਜਿਹੜੇ ਸ਼ਬਦ ਨੇ ਇਹ ਵਾਕਿਆ ਨੇ 164 ਦੇ ਬਿਆਨ ਪ੍ਰਦੀਪ ਕਲੇਰ ਦੇ ਦਰਜ ਨੇ ਉਹਦੇ ਵਿੱਚ ਸਾਫ਼ ਤੌਰ ਤੇ ਹੁਣ ਰਾਮ ਰਹੀਮ ਤੋਂ ਬਾਅਦ ਹਨੀਪ੍ਰੀਤ ਦਾ ਜ਼ਿਕਰ ਆ ਗਿਆ ਹੈ ਹਾਲਾਂਕਿ ਇਹ ਵੀ ਇੱਥੇ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਹਾਈ ਕੋਰਟ ਵਿੱਚ ਰਾਮ ਰਹੀਮ ਵੱਲੋਂ सीबीआई ਜਾਂਚ ਦੀ ਮੰਗ ਨੂੰ ਲੈ ਕੇ ਜਿਹੜੀ ਪਟੀਸ਼ਨ ਦਾਖਲ ਕੀਤੀ ਗਈ ਸੀ ਉਹਦੇ ਵਿੱਚ ਹਾਈ ਕੋਰਟ ਨੇ ਨਿਚਲੀ ਅਦਾਲਤ ਦੀ ਪ੍ਰੋਸੀਡਿੰਗ ਤੇ ਸਟੇ ਲਾਇਆ ਹੋਇਆ ਹੈ ਔਰ ਮਾਮਲਾ ਡਬਲ ਬੈਂਚ ਨੂੰ ਰੈਫਰ ਕੀਤਾ ਗਿਆ ਹੈ ਲੇਕਿਨ 164 ਦੇ ਬਿਆਨਾਂ ਵਿੱਚ ਜਿਸ ਤਰੀਕੇ ਨਾਲ ਪ੍ਰਦੀਪ ਕਲੇਰ ਨੇ ਪੂਰਾ ਵਾਕਿਆ ਦੱਸਿਆ ਕਿ ਉਸ ਮੀਟਿੰਗ ਵਿੱਚ ਦਿੱਲੀ ਵਿੱਚ ਬੇਅਦਬੀ ਨੂੰ ਲੈ ਕੇ ਜਦੋਂ ਹੁਕਮ ਜਾਰੀ ਹੋਏ ਡਿਊਟੀਆਂ ਲਾਈਆਂ ਗਈਆਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਸਵਾਲ ਖੜਾ ਹੁੰਦਾ ਹੈ ਕਿ ਪ੍ਰਦੀਪ ਕਲੇਰ ਜਿਹੜਾ ਡੇਰੇ ਦਾ ਖਾਸ ਆਦਮੀ ਸੀ ਔਰ ਜਦੋਂ ਇਹ ਖੁਦ ਕਹਿ ਰਿਹਾ ਕਿ ਰਾਮ ਰਹੀਮ ਤੋਂ ਇਲਾਵਾ ਹੁਣ ਹਨੀਪ੍ਰੀਤ ਵੀ ਇਸ ਸਾਜੀ ਸ਼ਾਮਿਲ ਸੀਗੀ ਤਾਂ ਕਿਤੇ ਨਾ ਕਿਤੇ ਇਹ ਮਾਮਲਾ ਹੁਣ ਹੋਰ ਭੱਖ ਦਾ ਨਜ਼ਰ ਆ ਰਿਹਾ ਹੈ ਵੀਡੀਓ ਜਨ ਲਈ ਸੁਖਜਿੰਦਰ ਦੇ ਨਾਲ ਉਮੇਸ਼ ਸ਼ਰਮਾ న్యూਸ 18 ਚੰਡੀਗੜ੍ਹ